disgusting face. मुझे हिचकी लग गई. आय हाय नाउ ब्यूटीफुल फेस. ब्यूटीफुल फेस. हिचकी लग गई. कौन याद कर रहा है मेनू. तुम पता जब आप थक के ਰਿਲੈਕਸਿੰਗ ਟਾਈਮ ਹੈ ਵਲੌਗਿੰਗ ਕਰਨਾ. ਪਤਾ ਕੀ ਹੋਇਆ ਮੈਨੂੰ ਬਾਹਰ ਹੀ ਕਰ ਰਹੀ ਹੈ. ਤੁਹਾਡੇ ਟਿਕਟੋਕ ਬਣਾਉਣ ਲੱਗੇ ਤਾਂ ਜਮਾ ਹੀ ਨੀ ਆਉਂਦੇ ਸੈਟ. ਪਹਿਲਾਂ ਮੈਂ ਅੱਧਾ ਘੰਟਾ ਕਹਿੰਦੀ ਮਾਰੇ ਵਾਲੇ ਸੈੱਟ ਕਰ ਲਓ ਮੈਨੂੰ ਦੱਸ ਦਿਓ ਨਾ ਸੈੱਟ ਰੈਡੀ. ਮੈਂ ਦੇਖਣਾ ਹੁੰਦਾ ਨਾ ਕਿੱਧਰ ਨੂੰ ਟਿਕ ਲੱਗ ਰਹੇ ਆ. ਯਾਰ ਬੜੀ ਜ਼ਬਰਦਸਤ ਚੀਜ਼ ਕੀ ਲੱਗੀ ਹੈ. ਤੁਸੀਂ ਸਾਰੇ ਜਣੇ ਕਿਵੇਂ ਹੋ? ਤੁਸੀਂ ਸਾਰੇ ਜਣੇ ਅਸੀਂ ਅੱਜ ਸਵੇਰ ਤੋਂ ਸੋਚ ਰਹੇ ਆ. ਆਪਾਂ ਸਵੇਰ, ਸਹੀ ਗੱਲ ਹੈ, ਸਵੇਰ ਤੋਂ ਸੋਚ ਰਹੇ ਅਸੀਂ ਵਲੌਗ ਸ਼ੁਰੂ ਕਰੀਏ ਬਟ ਕੁਛ ਨਾ ਕੁਛ ਹੋ ਹੀ ਜਾ ਰਿਹਾ ਸੀ. ਨਹੀਂ ਸਵੇਰ ਤੋਂ ਕਦੀ ਕੋਈ ਆ ਰਿਹਾ ਸੀ ਕਦੀ ਕੋਈ ਆ ਰਿਹਾ ਸੀ. ਅਸੀਂ ਜਿੱਦਾਂ ਹੀ ਸ਼ੁਰੂ ਕਰਨ ਦੀ ਸੋਚਦੇ ਸੀ ਨਾ ਕੋਈ ਨਾ ਕੋਈ ਹਾਲ ਕੁਛ ਨਾ ਸਮਝ ਨਹੀਂ ਆ ਰਹੀ ਕੀ ਕਹੀਏ ਯਾਰ. ਕੋਈ ਨਾ ਕੋਈ ਕੰਮ ਆ ਜਾਂਦਾ ਸੀ ਸਾਨੂੰ. ਕੰਮ ਹੀ ਨਹੀਂ ਮੁੱਕਣ ਚਾਹੁੰਦੇ ਯਾਰ. ਇੱਕ ਛੁੱਟੀ ਹੁੰਦੀ ਹੈ ਕੰਮ ਹੀ ਨਹੀਂ ਮੁੱਕਦੇ. ਸਹੀ ਗੱਲ ਹੈ ਹਨਾ. ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਆਉਣ ਦਾ ਲਾਰਾ ਲਾ ਕੇ ਤੁਰ ਗਏ ਕੱਚੇ ਘਰ ਦੀਆਂ ਬੰਦਾਂ ਵਾਂਗੂ ਸਾਡੇ ਤਾਂ ਜਜ਼ਬਾਤ ਹੀ ਮਰ ਗਏ. ਮੈਨੂੰ ਗਾਣਾ ਵੀ ਨਹੀਂ ਪਤਾ ਇਹੋ ਜਿਹਾ ਹੀ ਹੋਣਾ ਮਿਲਦਾ. ਗਾਣਾ ਇਹ ਆਈ ਥਿੰਕ ਹੈਗਾ ਇੱਕ ਮੈਂ ਆਪ ਹੀ ਬਣਾਤਾ. ਇੰਨੀ ਵੱਡੀ ਵਰਡਿੰਗ ਨਹੀਂ ਬਣਾ ਸਕਦੇ. ਇੰਨਾ ਟੈਲੈਂਟ ਤੁਹਾਡੇ ਚ ਹੋ ਸਕਦਾ. ਪਹਿਲਾਂ ਕਹਿੰਦੇ ਨਹੀਂ ਹੈ. ਮੈਨੂੰ ਕਹਿੰਦੇ ਤੈਨੂੰ ਪਤਾ ਰੂਪੀ ਪਹਿਲਾਂ ਮੈਂ ਲਿਖਦੀ ਹੁੰਦੀ ਸੀ ਜਦ ਮੈਂ ਛੋਟੀ ਸੀ ਨਾ ਜਦ ਮੈਂ ਸਕੂਲ ਚ ਸੀ. ਤੁਹਾਨੂੰ ਆਸ਼ਕੀ ਤਾਤੇ ਹੈ ਨਾ ਕਹਿੰਦੇ ਮੈਂ ਨਾ ਲਿਖਦੀ ਹੁੰਦੀ ਸੀ ਫਿਰ ਨਾ ਮੈਂ ਸਭ ਕੁਛ ਫਾੜਤਾ ਪੜ੍ਹਨਾ ਲਵੇ ਕੋਈ ਹੈ ਨਾ. ਉਸ ਤੋਂ ਬਾਅਦ ਨਾ ਰਹਿ ਹੀ ਗਿਆ ਯਾਰ. ਆਈ ਵਿਸ਼ ਮੇਰੇ ਲਈ ਵੀ ਕੋਈ ਗਾਣਾ ਲਿਖੇ. ਬਹੁਤ ਤਮੰਨਾ ਮੇਰੀ ਮੇਰੀ ਵੱਡੀ ਭੈਣ ਦੀ. ਜੇ ਕੋਈ ਲੇਖਕ ਲਿਖਾਰੀ ਹੋਊਗਾ ਰਹਿਣ ਦੇ. ਮੇਰੀ ਭੈਣ ਦੀ ਬਹੁਤ ਜ਼ਿਆਦਾ ਤਮੰਨਾ ਹੈ. ਪੈ ਰਿਹਾ ਬਹੁਤ ਜ਼ਿਆਦਾ ਤਮੰਨਾ ਹੈ. ਇਹ ਕਿਊਟ ਜੀ ਪਿਆਰੀ ਜੀ ਭੈਣ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਤਾਂ ਤੁਸੀਂ ਇਹਨਾਂ ਤੇ ਕੋਈ ਸੌਂਗ ਜ਼ਰੂਰ ਲਿਖਿਓ. ਹੈਲੋ ਚੱਲ ਯਾਰ ਸਭ ਮਰਜ਼ੀ ਹੈ. ਜੇ ਕਦੀ ਮੈਂ ਕਿਸੇ ਲੈਵਲ ਤੇ ਪਹੁੰਚੀ ਇਹ ਜੇ ਤਾਂ ਵਾਈ ਨਾਟ. ਚੱਲ ਛੱਡ ਯਾਰ ਰੈਪੂਲ ਜੋ ਕੁਛ ਯਾਰ. ਹੁਣ ਆਪਾਂ ਤੀਆਂ ਦੇ ਮੇਲੇ ਤੇ ਜਾਣਾ ਹੈ. ਅਸੀਂ ਡਬਲ ਮਾਈਂਡਡ ਹੈ ਕਿ ਸਾਨੂੰ ਪਰਫਾਰਮ ਕਰਨਾ ਚਾਹੀਦਾ ਹੈ ਕਿ ਜਾਣਾ ਚਾਹੀਦਾ ਹੈ ਤੇ ਸਿਰਫ ਕਵਰ ਕਰਨਾ ਚਾਹੀਦਾ ਹੈ ਪੂਰਾ ਇਵੈਂਟ. ਤੁਸੀਂ ਸਾਰੇ ਜਣੇ ਦੱਸਿਓ ਹਨਾ. ਕਿੰਨੀ ਡਮ ਹੈ ਦਿਲ ਹੈਗਾ ਵੀ ਹੈ ਕਰਨ ਦਾ ਕਿਉਂਕਿ ਪਰਫਾਰਮੈਂਸ ਤਾਂ ਤਿਆਰ ਪਈ ਹੈ ਨਾ. ਬਸ ਥੋੜੀ ਜਿਹੀ ਮੋਡੀਫਾਈ ਕਰਨੀ ਹੈ. ਦੈਟਸ ਇਟ. ਸਲਾਹ ਦੇਖਾਂਗੇ ਕੀ ਕਰ ਸਕਦੇ ਆ ਬੈਸਟ ਓਹਦੇ ਚੋ
ਤੇ ਵੈਸੇ ਮਨ ਮੇਰਾ ਇਹ ਆ ਕਿ ਅਸੀਂ ਪਰਫਾਰਮ ਵੀ ਕਰੀਏ ਤੇ ਕਵਰ ਵੀ ਹੋ ਜਾਏ ਇਵੈਂਟ। ਮੈਨੂੰ ਐ ਲੱਗਦਾ ਜੇ ਅਸੀਂ ਪਰਫਾਰਮ ਨਹੀਂ ਕਰੋਗੇ ਤਾਂ ਅਸੀਂ ਜ਼ਿਆਦਾ ਇੰਜੋਏ ਕਰ ਪਾਉਂਗੇ। ਇਹਨੂੰ ਬੰਦ ਕਰ ਦਿਓ। ਮੈਨੂੰ ਐ ਲੱਗਦਾ ਕਿ ਉਹ ਇੱਕ ਮੈਮਰੀ ਹੋ ਜੂਗੀ ਕਿ ਅਸੀਂ ਪਰਫਾਰਮ ਕਰਿਆ। ਹਾਂ, ਔਰ ਅਸੀਂ ਕਦੀ ਵੀ ਨਹੀਂ ਕੀਤਾ। ਇੰਜੋਏ ਤਾਂ ਅਸੀਂ ਲਾਸਟ ਟਾਈਮ ਕੀਤਾ ਹੀ ਆ। ਕਿੰਨਾ ਹਾਰਡ ਹੈ ਯਾਰ ਯਾਰ, ਇੱਕ ਡਿਫਰੈਂਟ ਚੀਜ਼ ਹੋ ਗਈ ਨਾ ਤੁਸੀਂ ਆਪਣੀ ਲਾਈਫ 'ਚ ਪਰਫਾਰਮ ਵੀ ਕਰਿਆ ਇਕੱਠੇ ਦੋਵੇਂ ਭੈਣਾਂ ਨੇ। ਸੈਂਡੀ ਐਂਡ ਰੂਪ ਫਨ ਟੇਲਸ, ਸੈਂਡੀ ਐਂਡ ਰੂਪ ਫਨ ਟੇਲਸ ਔਨ ਸਟੇਜ ਕਰਨ ਆਈਆਂ ਆਪਣੀਆਂ ਫਨ ਟੇਲਸ। ਨਹੀਂ ਪਰਫਾਰਮ ਕਰਾਂਗੇ ਉੱਥੇ ਤਾਂ ਬੰਦਾ ਸਾਰੇ ਕਿਤੇ ਨਹੀਂ ਨਾ ਆਪਾਂ ਹੁਣ ਫਨ ਟੇਲਸ ਕਰ ਸਕਦੇ ਯਾਰ। ਮੈਨੂੰ ਨਾ ਟੁੱਟਿਆ ਉਂਗਲੀ ਦਾ ਉਹ ਦੇਖੋ ਪਤਾ ਮੈਨੂੰ ਓਏ ਕਹਿੰਦੀ ਪਤਾ ਮੈਨੂੰ ਫੇਰ ਵੀ ਨਹੀਂ ਕੱਟਿਆ ਫੇਰ ਕੀ ਹੋ ਗਿਆ। ਨਹੀਂ ਤੂੰ ਹੁਣ ਪੈਰ ਦਾ ਨੋ ਤੁੜਵਾਣਾ ਉਸ ਦਿਨ ਤਾਂ ਹੁਣ ਅਸੀਂ ਆਪਣੇ ਕੰਮ ਕੁੰਮ ਜਿਹੇ ਨਿਬੇੜ ਕੇ ਹਟੀਆਂ ਸੀਗੀਆਂ। ਵਲੌਗ ਅਸੀਂ ਸਵੇਰ ਤੋਂ ਹੀ ਸ਼ੁਰੂ ਕਰਨਾ ਸੀਗਾ ਬਟ ਬਿਜ਼ੀ ਸੀਗੇ ਤਾਂ ਨਹੀਂ ਹੋ ਪਾਇਆ। ਹਾਂ ਤੇ ਅਸੀਂ ਹੁਣ ਤੁਹਾਨੂੰ ਕੁਛ ਸਿਖਾਉਣ ਲੱਗੇ ਆ। ਇੱਥੋਂ ਕਿੱਦਾਂ ਹੋਇਆ ਪਿਆ ਦੀਦੀ ਤੁਸੀਂ ਨਹੀਂ ਸੈਟੀਸਫਾਈ ਹੋ ਸਕਦੇ ਵਾਲਾਂ ਤੋਂ ਸਪੈਸ਼ਲੀ ਟੂ ਮੱਚ ਆਣਾ ਤੁਸੀਂ ਦੇਖਿਓ ਤੁਸੀਂ ਕਰ ਕਰਾ ਕੇ ਸਿਰਫ ਸੈਂਟਰ ਚੀਰ ਤੇ ਆਣਾ ਮੈਂ ਤਾਂ ਪੁੱਛ ਲਓ ਯਾਰ ਮੈਨੂੰ ਸੋਹਣੀ ਹੋਈ ਉਹੀ ਲਾਉਂਦੀ ਹੈ ਦੀਦੀ ਐਂ ਕਰੂੰ ਤਾਰਾ ਮੈਨੂੰ ਕਲੱਚਰ ਹੀ ਲਾਉਣ ਦੇ ਤੂੰ ਮੈਂ ਲੈ ਕੇ ਆਈ ਡਿਸਗਸਟਿੰਗ ਓਕੇ ਹੈ ਨਾ ਤੇ ਅਸੀਂ ਨਾ ਹੁਣ ਅਸੀਂ ਦੀਦੀ ਤੇ ਭਾਜੀ ਦੇ ਵਿਆਹ ਦੀ ਵੀਡੀਓ ਦੇਖ ਰਹੇ ਸੀ ਮਤਲਬ ਦੀਦੀ ਭਾਜੀ ਮਤਲਬ ਪ੍ਰੀਤ ਮੇਰੇ ਨਹੀਂ ਹਾਂ ਉਹ ਵੀ ਦਿਖਾ ਸਕਦੇ ਆਪਾਂ ਤੁਹਾਡੀ ਵੀ ਦਿਖਾਉਂਦੇ ਤੁਹਾਡੀ ਉਹ ਦਿਖਾਉਣੀ ਹੈ ਵੈਸੇ ਤੇ ਪਹਿਲਾਂ ਦੇਖੀ ਕਿੰਨਾ ਚਾਅ ਹੁੰਦਾ ਸੀ ਨਾ ਵੀ ਹਾਂ ਸਾਡਾ ਨਾਮ ਆਊਗਾ ਅਸੀਂ ਨਾਮ ਦੇਖੋਗੇ ਨਾਮ ਆਊਗਾ ਮੇਰਾ ਨਾਮ ਆਊਗਾ ਕਿੰਨਾ ਵਧੀਆ ਲੱਗਦਾ ਨਾ ਪੁਰਾਣੀਆਂ ਵੀਡੀਓਜ਼ ਦੇਖ ਕੇ ਹਾਏ ਉਹ ਦਿਨ ਜਾ ਵਧੀਆ ਸੀ ਉਸ ਟਾਈਮ ਮੇਰੀ ਉਂਗਲੀ ਟੁੱਟੀ ਸੀ ਉਹ ਮੈਨੂੰ ਲੱਗਦਾ ਮੈਂ ਉਹ ਵਾਲੀ ਮੈਰਿਜ ਜ਼ਿਆਦਾ ਇੰਜੋਏ ਕੀਤੀ ਸੀ ਪ੍ਰੀਤ ਦੇ ਵਿਆਹ ਤੇ ਨਾ ਉੱਤੇ ਜ਼ਿਆਦਾ ਮਜ਼ਾ ਆਇਆ ਸੀ ਸਭ ਤੋਂ ਜ਼ਿਆਦਾ ਤੁਹਾਡੇ ਵਿਆਹ ਤੇ ਆਇਆ ਸੀ ਕਿਉਂਕਿ ਪਹਿਲਾ ਵਿਆਹ ਸੀ ਨਾ ਘਰ ਦਾ ਉਹੀ ਜੀ ਗੱਲ ਤਾਂ ਦੁਆਰਾ ਬਣੀ ਹੋਈ ਨਹੀਂ ਚਲੋ ਫਿਰ ਹੁਣ ਤੁਹਾਨੂੰ ਦਿਖਾਉਂਦੇ ਆ ਦੀਦੀ ਦੇ ਵਿਆਹ ਦੀ ਵੀਡੀਓ ਓ ਮਾਈ ਗੋਡ ਥੋੜੇ ਜੀ ਥੋੜੇ ਥੋੜੇ ਜੀ ਕਲਿੱਪਸ ਦਿਖਾ ਰਹੇ ਆ ਤੁਹਾਨੂੰ ਆਪਾਂ ਠੀਕ ਹੈ ਕਿਉਂਕਿ ਅਸੀਂ ਮੈਮਰੀਜ਼ ਤਾਜ਼ਾ ਕਰ ਰਹੇ ਆ ਪੁਰਾਣੀਆਂ ਓ ਬੀਬੀ ਨੂੰ ਇਹ ਦਿਨ ਆਇਆ ਦਿਨ ਆਇਆ ਆ ਦੇਖ ਮਾਸੜ ਜੀ ਅੱਡੂ ਖਾ ਰਹੇ ਆ ਬੈਠੇ ਥੋੜੀ ਜਿਹੀ ਤਾਂ ਆਈਡੀਆ ਦਿਖਾ ਦੀ ਆ ਦੀਦੀ ਦੇ ਵਿਆਹ ਦਾ ਦੀਦੀ ਲੁੱਕ ਤਾਂ ਦਿਖਾਈਏ ਅਸੀਂ ਐਡੀ ਔਸਮ ਲੁੱਕ ਫਸਟ ਟਾਈਮ ਮੇਕਅਪ ਕਰਿਆ ਸੀਗਾ ਉਦੋਂ ਫਸਟ ਟਾਈਮ ਆਪਣੀ ਲਾਈਫ ਚ ਆ ਗਏ ਸਾਡੇ ਭਾਜੀ ਉਹ ਲੈ ਯਾਰ ਤਾਂ ਇਹਨਾਂ ਦਾ ਮਲਦੀ ਹੈ ਹਾਂ ਕਿੰਨੇ ਟਾਈਮ ਬਾਅਦ ਦੁਬਾਰਾ ਆਪਣੇ ਵਿਆਹ ਦੀ ਵੀਡੀਓ ਦੇਖ ਰਹੀ ਹਾਂ ਉਹ ਯਾਰ ਤੂੰ ਦੀ ਸੀਗੀ ਨਾ ਤੁਹਾਡੇ ਵਿਆਹ ਤੇ ਓ ਮਾਈ ਰਿੰਗ ਸੈਰੇਮਨੀ ਤੇ ਮੇਰਾ ਕੀ ਰਿਸ਼ਤਾ ਕੁਝ ਵੀ ਨਾ ਦੱਸਦੀ ਤੂੰ ਯਾਰ ਗਾਣੇ ਆਇਆ ਤੁਹਾਨੂੰ ਪਤਾ ਮੈਂ ਨਾ ਆਪਣੀ ਇੰਗੇਜਮੈਂਟ ਤੇ ਨਾ ਮੈਂ ਆਪਣੀ ਇੰਗੇਜਮੈਂਟ ਤੇ ਨਾ ਫਸਟ ਟਾਈਮ ਮੇਕਅਪ ਕਰਿਆ ਸੀ ਆਪਣੀ ਲਾਈਫ 'ਚ ਨਾ ਜਦੋਂ ਨਾ ਮੈਨੂੰ ਸਾਰੇ ਜਣਿਆਂ ਨੇ ਮੇਰੇ ਕਜ਼ਨਸ ਵੀ ਆਣਾ ਬਿੰਦੂ ਹੈ ਨਾ ਉਹਨਾਂ ਨੇ ਸਾਰੇ ਸਭ ਨੇ ਦੇਖਿਆ ਉਹ ਸ਼ਰਮਾਈ ਜਾਣਾ ਹੈ ਬਿੰਦੂ ਆ ਕੇ ਮੇਰੇ ਕੋਲ ਤੇ ਹੀ ਕਰਦਾ ਮੈਂ ਕਿਹਾ ਕਿਆ ਦੀਦੀ ਹੀਰੋਇਨ ਲੱਗ ਰਹੀ ਹੈ ਉਹ ਇੰਦਾ ਹੀ ਘਬਰਾ ਤੈਨੀ ਹੋਵੇ ਉੱਪਰੋਂ ਨਾ ਫਸਟ ਟਾਈਮ ਮੈਂ ਭਾਜੀ ਵਰਗੇ ਬਾਲ ਕਰਾਣੇ ਆ ਕਟਿੰਗ ਕਰਾਣੀ ਮੈਂ
so cute yaar. Mainu nahi pata si enni kori vi hai tu. ਤੁਹਾਨੂੰ ਐਂਟਰੀ ਦਿਖਾ ਦਈਏ ਹੁਣ ਇੱਕ ਮਿੰਟ. ਉਹ ਬੈਠਿਆ ਇਹ ਸੀ ਭੱਜ ਦੀ ਇੰਗੇਜਮੈਂਟ ਲੁੱਕ. ਸਾਡੇ ਅਮਰਿੰਦਰ ਗਿੱਲ ਲੱਗਦਾ ਯਾਰ ਸਿੱਧੀ ਸਾਈਡ ਪੋ ਆ ਗਏ. ਭਾਜੀ ਨਰਵਸ ਹੈ. ਭਾਜੀ ਨੇ ਜ਼ੂਮ ਕੀਤਾ ਹੈ ਨਾ ਮੂਵੀ ਵਾਲੇ ਨੇ. ਗੇੜਾ ਵੀ ਲਵਾਉਂਗਾ ਐਸ਼ ਮੈਂ ਕਰਾਉਂਗਾ ਤੇ ਜੌਬ ਨਹੀਂ ਕਰਾਉਂ. ਨਹੀਂ ਸਮਝਣੀ ਪੈਂਦੀ ਆ ਇੰਡੀਆ ਦਾ ਗੇੜਾ ਵੀ ਇਹਨਾਂ ਨੂੰ ਕਰਾਉਂਦੇ ਆ. ਸਹੀ ਗੱਲ ਆ. ਹਰ 2 ਸਾਲ ਬਾਅਦ ਸਾਰੇ ਚੱਕਰ ਲੱਗ ਗਿਆ. ਤੁਹਾਨੂੰ ਆ ਗਈ ਬਹੂ. ਕੁੜੀ ਆ ਗਈ, ਕੁੜੀ ਆ ਗਈ. ਸੱਜਣਾ ਨੇ ਆਉਣਾ ਹੋਵੇ. ਸੱਜਣਾ 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 ਨੇ ਆਉਣਾ. ਹੇਅਰ ਕਮਸ ਦ ਬਰਾਈਡ. ਨਹੀਂ ਨਹੀਂ ਬਸ ਠੀਕ ਆ. ਆ ਗਈ ਜੀ ਬਰਾਈਡ ਆ ਗਈ. ਯਾਰ ਕਲਰਸ ਨਾ ਬਹੁਤ ਡਾਰਕ ਲੱਗ ਰਹੇ. ਭਾਜੀ ਦੀ ਸਮਾਈਲ ਭਾਜੀ ਦਾ ਹੱਸ ਆ ਗਿਆ. ਹਾਂ ਦੇਖ ਲੈ ਤੇ ਮਸਾਈ ਦੀ ਨਾ ਹੈ. ਔਰ ਦੇਖ ਕਿਉਂ ਚਰਾ ਚੁੱਪ ਚਾਪ ਬੋਡਾ ਲੱਗ ਰਿਹਾ. ਨਵਸ ਨੇ ਤੁਹਾਡੇ ਫੇਸ ਤੇ ਝਲਕ ਰਹੀ ਯਾਰ. ਬੋਡਾ ਲੱਗ ਰਿਹਾ ਸੀ ਗਲੇ ਚ ਤਾਂ ਦੇਖੋ ਕਿੱਡਾ ਕੈਂਠਾ ਕੈਂਠਾ. ਹੀਰੋਇਨ ਲੱਗ ਰਹੀ ਹੈ. ਦੇਖ ਤਾਂ ਸਹੀ ਕਿਆ ਡਰਾਵਨਾ. ਲਾਈਟ ਕਰਕੇ ਲੱਗ ਰਿਹਾ. ਅਸੀਂ ਕੁੜੀ ਵਾਲੇ ਸੀਗੇ ਹੈ ਨਾ. ਰੁਕ ਜਾ ਸਹੀ ਇੱਕ ਮਿੰਟ ਸਟਾਪ ਕਰਿਓ. ਅਸੀਂ ਨਾ ਕੁੜੀ ਵਾਲੇ ਸੀਗੇ. ਕੁੜੀ ਵਾਲੀ ਕੋਰੇ ਵਾਲੇ ਸੀਗੇ ਅਸੀਂ. ਆਈ ਮੀਨ ਦੀਦੀ ਦੀਦੀ ਕਰਕੇ ਹੈ ਨਾ. ਤਾਂ ਸਾਤੋਂ ਨਾ ਉਹ ਡਾਂਸ ਨਹੀਂ ਕਰ ਰਹੇ ਸੀ ਭਾਜੀ ਵੱਲੋਂ ਦੀ ਜਿਹੜੀ ਭਾਜੀ ਵੱਲੋਂ ਫੈਮਿਲੀ ਸੀਗੀ ਹੈ ਨਾ. ਅਸੀਂ ਲੱਗ ਗਏ ਡਾਂਸ ਕਰਨ. ਐਵਰੀ ਟਾਈਮ ਇਦਾਂ ਹੀ ਹੋਇਆ ਯਾਰ. ਬਿੱਲੋ ਦੇ ਵਿਆਹ ਤੇ ਵੀ ਹੁਣ ਤੇਰੇ ਅਸੀਂ ਪਹਿਲਾਂ ਅਸੀਂ ਪਹਿਲਾਂ ਹੀ ਲੱਗ ਜਾਂਦੇ ਸੀਗੇ ਡਾਂਸ ਕਰਨ. ਸਾਤੋਂ ਰਿਹਾ ਹੀ ਨਹੀਂ ਜਾਂਦਾ ਸੀਗਾ. ਕੀ ਕਹਿੰਦੇ ਹੁੰਦੇ ਆ, ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾ ਨੱਚਦੇ ਵਿੱਚ ਤੂੰ. ਚਲੋ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ. ਦਸ ਆ ਗਿਆ. ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ. ਗਾਣਿਆਂ ਦੀ ਸਿਲੈਕਸ਼ਨ ਬਹੁਤ ਵਧੀਆ. ਹਲਦੀ ਮਨ ਮਨ ਹਲਦੀ ਮੱਥੇ ਤੇ ਦਿਖਾਵਾ ਸੋਹਣਾ ਨਹੀਂ ਰੱਖਦੇ. ਹਲਦੀ ਨਾਲ ਅਸੀਂ ਸਾਰਿਆਂ ਨੇ ਨਾ ਪਿੰਕ ਪਿੰਕ ਹੋ ਗਿਆ ਸਾਡਾ ਪਾਇਲਿਸਟ ਦੇ. ਪਿੰਕ ਪਿੰਕ ਹੋ ਗਿਆ ਸੀ ਨਾ. ਮੈਂ ਤਾਂ ਦੇਖਿਆ ਉਹ ਤੁਸੀਂ ਗੋਲਡਨ ਮੁੰਡਾ ਗੋਲਡਨ ਜੁੱਤੀ. ਓ ਮਾਈ ਗੋਡ ਕਿਉਂ ਤੁਹਾਡੀ ਸਲਵਾਰ ਨੂੰ ਕੀ ਹੋਇਆ? ਹਾਂ ਦੇਖ ਤਾਂ ਨਹੀਂ ਦਿਨਾਂ ਗੋਲਡਨ ਜੁੱਤੀ ਲਈ ਸੀ ਯਾਰ. ਲਿਸ਼ ਕਮੀ ਜੀ ਮੇਰੀ ਮੰਮੀ ਦਾ ਇਹ ਸਟਾਈਲ. ਓ ਮਾਈ ਗੋਡ ਡੈਡੀ ਮੰਮੀ ਨਹੀਂ ਮਸਤੀ ਨਹੀਂ ਭਾਜੀ ਭਾਜੀ ਦੇਖ ਲੈ ਮੰਮੀ ਨਾਲ.
ਮੰਮੀ ਕਹਿੰਦੇ ਦੇਖਿਆ ਫਿਰ ਤੈਨੂੰ ਲੈ ਆਏ ਸੀਗੇ ਅਸੀਂ ਦੀਦੀ ਨੱਚੇ ਹੁਣ ਦੀਦੀ ਅੰਦਰ ਹੀ ਅੰਦਰ ਚਲੋ ਚਲੋ ਆ ਕਿੱਥੇ ਜਾ ਰਹੇ ਹੋ ਆ ਜਾ ਆ ਵਾਪੀ ਹੁਣ ਦਿਖਾਂਦੇ ਆ ਅਸੀਂ ਤੁਹਾਨੂੰ ਵਿਆਹ ਦੀ ਹਨਾ ਫਿਰ ਨਹੀਂ ਤਾਂ ਬੋਲਣ ਵੀ ਹੋ ਜਾਣੀ ਇਹ ਵੀਡੀਓ ਤਾਂ ਘਰ ਦਿਖਾਂਦੇ ਆਪਾਂ ਸਾਡੇ ਘਰੇ ਟਰੈਕਟਰ ਵੀ ਖੜਿਆ ਸੀਗਾ ਇਹ ਦੀਦੀ ਵਰੀ ਨੂੰ ਨਾ ਪੇਂਟ ਹੋਰ ਸੀਗਾ ਵਾਈਟ ਐਂਡ ਗ੍ਰੀਨ ਲਾਈਟ ਗ੍ਰੀਨ ਜਾ ਹਨਾ ਭਾਜੀ ਦੀ ਵਰੀ ਨੂੰ ਚੇਂਜ ਕੀਤਾ ਮਾਸੀ ਰੀ ਬਿੱਲੋ ਦੀਦੀ ਵਰੀ ਨੂੰ ਵੀ ਹਨਾ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਟਰੈਕਟਰ ਦਿਖਿਆ ਨਾ ਐਂਡ ਚ ਪਤਾ ਕੀ ਹੋਇਆ ਸਾਰੇ ਨਾ ਡੋਲੀ ਡੋਲੀ ਟਾਈਮ ਨਾ ਦੀਦੀ ਡੋਲੀ ਘਰੋਂ ਕਰੀ ਸੀ ਹਨਾ ਪੈਲਸ ਤੋਂ ਨੀ ਕਰੀ ਸੀ ਬੰਦ ਕਰ ਲਓ ਤੇ ਆਉਣ ਲੱਗੇ ਨਾ ਮਾਸੀ ਨੂੰ ਸਾਰੇ ਜਿਹੜੇ ਆਪਦੇ ਹਫ਼ਤਿਆਂ ਚ ਚੱਲ ਗਏ ਨਾ ਮੇਰੀ ਮੰਮੀ ਨਾਲ ਰਹਿ ਗਏ ਨਾ ਤਾਂ ਉਹ ਹੈਪੀ ਮੰਮਾ ਇਹਨਾਂ ਟਰੈਕਚਰ ਪਰ ਵਾਪਸ ਕਹਿੰਦੇ ਮੇਰੇ ਬਾਲ ਉੱਡਦੇ ਜਾ ਇਹ ਬਾਈ ਇੰਨੀ ਤੇਜ਼ ਚਲਾਇਆ ਉਹਨੇ ਓ ਮਾਈ ਗੋਡ ਯਾਰ ਉਹ ਬਹੁਤ ਫਨੀ ਮੈਂ ਨਾ ਇਮੇਜਿਨ ਕਰ ਸਕਦੀ ਹਾਂ ਮੇਰੀ ਮੰਮੀ ਆਏ ਮਾਸੀ ਕਹਿੰਦੀ ਮੈਂ ਤਾਂ ਟਰੈਕਟਰ ਤੇ ਛਾਲਾ ਮਾਰਦੀ ਹੂੰ ਆਈ ਘਰ ਤੱਕ ਇੰਨਾ ਬੁਰਾ ਹਾਲ ਹੋਇਆ ਮੰਮੀ ਕਹਿੰਦੇ ਤੂੰ ਸਾਰੇ ਜਿਹੜੇ ਮਨੁੱਖੀ ਛੱਡ ਕੇ ਚਲੇ ਗਏ ਚੂੜਾ ਹੈ ਜੀ ਮਾਈ ਦੀ ਮਾਏ ਇਹ ਨਾਨਕੇ ਜਦ ਚੂੜਾ ਲੈ ਕੇ ਆਉਂਦੇ ਹੁੰਦੇ ਆ ਨਾ ਪਸੰਦ ਤਾਂ ਬਿੱਲੋ ਤੇ ਮੰਮੀ ਘਰੇ ਆਏ ਸੀਗੇ ਜਾ ਕੇ ਬਾਅਦ ਮਾਮੇ ਨੂੰ ਫੜਾ ਤਾ ਪੈਸੇ ਦੇ ਦਿਓ ਦਿਖਾਉਂਦੇ ਨੀ ਨਾ ਹੁੰਦੇ ਹੈਗੇ ਹਾਂ ਮੈਂ ਕਿਹਾ ਕਿ ਮੈਨੂੰ ਵੀ ਲੈ ਜਾਓ ਯਾਰ ਲੈ ਜਾਣ ਨੂੰ ਕਹਿੰਦੇ ਬਹਿ ਡਿੱਕੇ ਕੁੜੀਆਂ ਨਹੀਂ ਦੇਖਦੀਆਂ ਹੁੰਦੀਆਂ ਲੁੱਕ ਐਟ ਮੀ ਰਾ ਓ ਮਾਈ ਗੋਡ ਮੇਰੀ ਗੁੱਤ ਬਹੁਤ ਲੰਬੀ ਹੁੰਦੀ ਸੀ ਉਸ ਟਾਈਮ ਮੇਰੀ ਦੇਖੀ ਹਲੇ ਤੂੰ ਕਿਉਂ ਕੁੜੀ ਐ ਤੂੰ ਕਿਉਂ ਨਾ ਮੰਨਣਾ ਮੇਰੀ ਡਿਊਟੀ ਨਾ ਆਹੀ ਹੈ ਆ ਬੁਲਸ਼ਿਟ ਡਿਊਟੀ ਮੇਰੀ ਜਿਹੜੀ ਸਾਈਡਾਂ ਤੇ ਫੜ ਕੇ ਕੱਢਣੀ ਹੁੰਦੀ ਚੁੰਨੀ ਚਲੋ ਨਾ ਮੰਮੀ ਸੰਦੀਪ ਤੂੰ ਅੱਜ ਵੀ ਮੈਨੂੰ ਇੰਨੀ ਪਸੰਦ ਸੀਗੀ ਉਹ ਔਰ ਦਿਨ ਆਏ ਬਟਨੇ ਤੇ ਵੀ ਪਾਈ ਹੋਈ ਆ ਬਟਨੇ ਤੇ ਪਾਈ ਸੀ ਮੈਂ ਆਪਣੇ ਲੇਡੀਜ਼ ਵਾਲੇ ਤੇ ਦਿਨ ਵੀ ਪਾਈ ਸੀ ਮੈਂ ਲਾਸਟ ਡੇ ਤੱਕ ਮੈਂ ਪਾਉਂਗੀ ਜਦ ਤੱਕ ਜਿਹੜੇ ਕੱਪੜੇ ਘਰੇ ਲੱਗ ਕੇ ਜਾਣੇ ਹੋਣਗੇ ਆਹ ਟੁੱਟੀ ਸੀ ਉਹ ਦਿਖ ਨਹੀਂ ਰਹੀ ਸ਼ੌਲ ਚ ਰੱਟੇ ਦੀ ਮੱਲੜਾ ਕਿਉਂ ਨਹੀਂ ਮੱਲੜਾ ਮੈਂ ਨਹੀਂ ਮੱਲੜਾ ਮੈਂ ਨਹੀਂ ਮੱਲੜਾ ਕਿਉਂ ਕੁੜੀਏ ਤੂੰ ਕਿਉਂ ਨੀ ਮੱਲਣਾ ਮਲਦੋ ਮਲਦੋ ਅੰਦਰ ਤਾਂ ਹੀ ਕਹਿੰਦਾ ਬੰਦਾ ਮਲਦੋ ਮਲਦੋ ਕਿੰਨਾ ਅੱਛਾ ਲੱਗ ਰਿਹਾ ਸੀ ਨਾ ਜਿੰਨਾ ਡਰ ਸੀਗਾ ਨਾ ਫਿਰ ਵੀ ਸਾਰਾ ਕੁਝ ਬਹੁਤ ਵਧੀਆ ਹੋਇਆ ਕਿੰਨਾ ਪਿਆਰਾ ਲੱਗ ਰਿਹਾ ਘਰ ਹਨਾ ਉਹਨੇ ਸ਼ਾਰਟ ਵੀ ਅੱਛੇ ਲਏ ਆ ਬਹੁਤ ਅੱਛੀ ਪਤਾ ਉਹਨੇ ਬਹੁਤ ਅੱਛਾ ਕੰਮ ਕਰਿਆ ਸੀ
ਸਾਨੂੰ ਤਾਂ ਐਡਿਟਿੰਗ ਕਰਨ ਦੀ ਲੋੜ ਹੀ ਨਹੀਂ ਪੈਣੀ ਮੈਨੂੰ ਲੱਗਦਾ। ਅਸੀਂ ਨਾ ਕਰਿਓ ਪੋਜ਼, ਅਸੀਂ ਨਾ ਉਸ ਟਾਈਮ ਰੈਂਟ ਤੇ ਰਹਿੰਦੇ ਹੁੰਦੇ ਸੀਗੇ, ਦੀਦੀ ਰਹਿੰਦੇ ਮਤਲਬ ਸਾਈਡ 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 ਤੇ, ਹਾਂ ਸਾਈਡ ਵਾਲੀ ਸਾਈਡ, ਹੁਣ ਅਸੀਂ ਸਾਹਮਣੇ ਆ, ਉਸ ਟਾਈਮ ਇਹ ਸਾਈਡ ਤੇ ਸੀਗੇ, ਉਹ ਰੈਂਟ ਤੇ ਘਰ ਤੇ ਸੀਗੇ, ਹਾਂ ਤੇ ਅਸੀਂ ਰੈਂਟ ਵਾਲੇ ਘਰ ਤੇ ਵੀ ਲੜੀਆਂ ਲਵਾਈਆਂ ਸੀ। ਹਾਂ ਡੈਡੀ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਦੋਨੇ ਘਰਾਂ ਤੇ ਹੀ ਲਾਉਣੀਆਂ, ਇੰਨੇ ਜਣੇ ਆਣ ਲੱਗੇ ਆ ਹੁਣ ਜਲੂਸ ਕੱਢ ਕੇ। ਉਹ ਆ ਗਿਆ, ਆ ਗਿਆ, 1 ਮਿੰਟ ਅੱਗੇ ਪਿੱਛੇ ਕਰਕੇ ਦਿਖਾਉਂਦਾ ਮਨ ਮੇਰਾ ਦਿਦਾ ਹੈਂਗ ਆ ਰਿਹਾ ਹੈ, ਆ ਐਂਟਰੀ ਹੋਈ ਆ ਦੀਦੀਆਂ ਫਰੈਂਡ ਆ ਕਹਿੰਦੇ ਸੀਗੇ ਵਿਆਹ ਵਾਲੇ ਦਿਨ ਹੀ ਤਿਆਰ ਹੋਣਾ, ਬਸ ਰੂਪ ਨੀ ਚੜਦਾ ਮੇਰੇ ਤੇ ਤਾਂ ਰੂਪ ਚੱਲ ਕਿਸੇ ਨੂੰ ਕੀ ਪਤਾ ਕਿਹਨਾਂ ਕਰਿਆ ਸੀ। ਦਿਨੇ ਕੋਕਾ ਪਾਇਆ, ਕੋਕਾ ਪਾਇਆ ਨਹੀਂ ਸੀ ਇਹਦਾ, ਠੀਕ ਲੱਗ ਰਿਹਾ ਦੀਦੀ, ਕੋਈ ਆਇਆ ਨਹੀਂ ਹੈ ਵੀਡੀਓ 'ਚ, ਠੀਕ ਲੱਗ ਰਹੀ ਹੈ। ਇੰਨੇ ਚਿਰ ਹੋ ਗਿਆ ਨਾ ਅਸੀਂ ਆਹ ਵੀਡੀਓ ਨੀ ਦੇਖੀ, ਤੇ ਸੀਡੀ ਹੁਣ ਰੁਕ ਰੁਕ ਕੇ ਚੱਲ ਰਹੀ ਹੈ। ਪਹਿਲਾਂ ਪਤਾ ਮਾਸ ਕਹਿੰਦੇ ਹੁੰਦੇ ਸੀ ਨਵਾਂ ਪੀਸ ਆ ਹਾ ਵਰਗ ਹੋ ਨਾ ਦੇਖੋ ਖਰਾਬ ਹੋ ਜੂਗੀ। ਨਹੀਂ ਇਹ ਉਹ ਨਹੀਂ ਹੈਗੀ, ਇਹ ਰੀਅਲ ਵਾਲੀ ਨਹੀਂ ਹੈ, ਇਹ ਕਾਪੀ ਹੈ। ਉਸ ਟਾਈਮ ਕਾਪੀ ਨਹੀਂ ਨਾ ਆਈ ਸੀਗੀ, ਸਾਨੂੰ ਚਾਹ ਚੜਿਆ ਰਹਿੰਦਾ ਸੀਗਾ, ਉਹੀਓ ਦੇਖੀ ਜਾਂਦੇ ਸੀਗੇ ਜਦ ਬੇਲੇ ਬੈਠੇ, ਚਲੋ ਯਾਰ ਵਿਆਹ ਦੀ ਮੂਵੀ ਲਾ ਲੈਂਦੇ ਆ। ਐਲਬਮ ਹੀ ਦੇਖਦੇ ਸ਼ਦਾਈ ਹੋ ਜਾਂਦੇ ਸੀਗੇ, ਐਲਬਮ ਦੇਖ ਲਓ, ਐਲਬਮ ਦੇਖ ਲਓ, ਹਨਾ ਥੋੜੇ ਚਿਰ ਦਾ ਹੀ ਚਾਹ ਹੁੰਦਾ, ਬਾਅਦ ਚੋਂ ਬੈਡਾਂ ਦੇ ਖਾਨਿਆਂ 'ਚ ਪਈਆਂ ਰਹਿੰਦੀਆਂ। ਚਲੋ ਫਿਰ ਮਤਲਬ ਬਰਾਤ ਦੀ ਜ਼ਿਆਦਾ ਡੀਲ ਤੁਹਾਨੂੰ ਹੁਣ ਹੈ, ਕਹਿੰਦੇ ਫਾਈਨਲੀ ਬਰਾਤ ਆਈ ਅੱਗੇ ਕਰ ਕਰ ਲੇਟ ਆਏ ਸੀਗੇ। ਹਾਂ ਭਾਜੀ ਲੇਟ ਸੀਗੇ, ਲੇਟ ਲਤੀਫ ਭਾਜੀ ਹੁਣ ਵੀ ਲੇਟ ਹੀ ਹੈ, ਹਰੇਕ ਚੀਜ਼ ਹਮੇਸ਼ਾ ਐਂਡ ਟਾਈਮ ਤੇ ਕਰਦੇ, ਜਿਹੜੀ ਆਰਗੇਨਾਈਜ਼ਡ ਹੈ ਹਰ ਚੀਜ਼ ਪ੍ਰੋਪਰ ਪਲੈਨਡ ਕਰਕੇ, ਇਹਦਾ ਵੀ ਆਹੀ ਹਾਲ ਹੈ, ਇਹ ਸੇਮ ਹੈ ਇਹਨਾਂ ਵਾਂਗੂ, ਹਰ ਦੋਨੋਂ ਹਰ ਚੀਜ਼ ਨਾ ਐਂਡ ਟਾਈਮ ਤੱਕ ਛੱਡ ਦਿੰਦੇ ਆ। ਮੈਂ ਨਹੀਂ ਇੱਦਾਂ ਕਰਦੀ, ਮੈਨੂੰ ਐਂ ਹੁੰਦਾ ਮੈਂ ਥੋੜੇ ਦਿਨ ਪਹਿਲਾਂ ਤੋਂ ਹੀ ਪਲੈਨ ਕਰਨਾ ਸ਼ੁਰੂ ਕਰ ਦਿੰਦੀ ਹਾਂ। ਇਹ ਤਾਂ ਜੌਬ ਤੇ ਪਾਉਣ ਵਾਲੇ ਕੱਪੜੇ ਵੀ ਇੱਕ ਦਿਨ ਪਹਿਲਾਂ ਪ੍ਰੈਸ ਕਰਨ ਲੱਗ ਜਾਂਦੇ ਆ। ਉਹ ਯਾਰ ਮੈਨੂੰ ਐਂ ਹੁੰਦਾ ਮੈਂ ਨੈਕਸਟ ਡੇ ਕੋਈ ਸਟ੍ਰੈਸ ਨਾ ਹੋਵੇ, ਪਹਿਲਾਂ ਤੋਂ ਇਹ ਸਭ ਕੁਝ ਪ੍ਰਿਪੇਅਰ ਕਰਕੇ ਰੱਖ ਦੋ। ਇਧਰ ਲਹਿੰਗਾ ਦੇਖੋ ਕਿੰਨਾ ਭਾਰਾ ਸੀ ਪੂਰੀ, ਯਾਰ ਮੇਰਾ ਨਾ ਕਮਰ ਦੁਖਣ ਲੱਗ ਗਈ ਸੀ ਪਤਾ, ਇੱਕ ਤਾਂ ਮੈਂ ਉਂਗ ਸੁਕੜੀ ਹੋਈ ਸੀ, ਉੱਤੋਂ ਦੀ ਅਸੀਂ ਵੀ ਸੂਟ ਨਹੀਂ ਭਾਰੇ ਭਾਰੇ ਪਾਏ ਲਏ ਹਨਾ, ਮੈਂ ਤੇ ਬਿੱਲੋ ਦਿਨ ਆਰਡਰ ਰੱਖਿਆ ਸੀ ਨਾ ਆਪਾਂ ਸਾਰਿਆਂ ਨੇ ਰੈੱਡ ਪਾਉਣਾ ਵੀ ਸਾਰੇ ਜਣਿਆਂ ਨੇ, ਕੁੜੀ ਵਾਲਿਆਂ ਨੇ ਉਸ ਟਾਈਮ ਹੀ ਰੱਖਿਆ ਨਾ ਕੋਟ, ਉਸ ਤੋਂ ਬਾਅਦ ਰੱਖੀ ਨੀ ਹੋਇਆ। ਦੇਖੋ ਦੀਦੀ ਐ ਚਮ ਚਮ ਕਰ ਰਿਹਾ, ਇੰਨਾ ਭਾਰਾ ਵਰਕ ਹੈ ਨਾ ਹੁਣ ਵੀ ਉਹ, ਆਈ ਮੀਨ ਕਿੰਨੇ ਕਿਲੋ ਦਾ ਸੀ ਦੀਦੀ ਇਹ ਲਹਿੰਗਾ, ਬਹੁਤ ਭਾਰੀ ਸੀ ਯਾਰ, ਬਹੁਤ ਜ਼ਿਆਦਾ ਹੈਵੀ ਸੀ। ਸਾਡੇ ਸੂਟ ਦੇਖਿਓ, ਓ ਮਾਈ ਗੋਡ, ਐ ਭਾਰੇ ਭਾਰੇ ਸੂਟ ਲਉਂਗੇ ਆਪਾਂ, ਉਸ ਟਾਈਮ ਭਾਰੇ ਭਾਰਿਆਂ ਦਾ ਫੈਸ਼ਨ ਸੀ। ਆ ਮੈਂ ਆ ਪਿੱਛੇ ਭਾਜੀ ਦੇ, ਬਹਿ ਗਈ ਮੈਂ ਮੰਮੀ ਕੋਲ ਜਾ ਕੇ, ਦੀਦੀ ਨੇ ਕਿਹਾ ਹੋਇਆ ਸੀ ਮੰਮੀ ਨੂੰ, ਮਾਸੀ ਤੁਸੀਂ ਉਹ ਬੈਠੋ ਮੇਰੇ ਅੱਗੇ ਆ ਕੇ ਬੈਠੋਗੇ ਹੁਣ ਦੀਦੀ ਕੋਲ। ਮੈਂ ਮੰਮੀ ਨੂੰ ਨਹੀਂ ਰੋਣਾ ਆਇਆ ਨਾ ਜਦ ਆਪਾਂ ਸਾਰੇ ਰੋਣ ਰਹੇ ਸੀਗੇ, ਮੈਂ ਮੰਮੀ ਕਹਿੰਦੇ ਮੈਂ ਇਮੋਸ਼ਨਲੈਸ ਜੀ ਹੋ ਜਾਂਦੀ ਆ ਇਹ ਜੀ ਮੂਮੈਂਟਸ ਤੇ ਨਾ। ਆ ਗਏ ਮੰਮੀ ਦੇ, ਸਾਰੇ ਲਾਲ ਲਾਲ ਹੋਏ ਪਏ। ਸੁਣਿਆ ਦਾ ਫਨ ਤਾਂ ਨਾ ਉਦੋਂ ਲੈ ਲਾਵਾਂ ਲੈ ਰਹੇ ਹੁੰਦੇ ਆ, ਹਨੀ ਹਨੀ ਪਹਿਲਾਂ ਨਾ ਫਾਸਟ ਫਾਸਟ ਹੋ ਗਿਆ ਬਹੁਤ, ਅੱਗੋਂ ਨਾ ਸਾਰਿਆਂ ਨੇ ਸਾਰੇ ਕਰਿਆ ਹੁਣ ਇੱਥੇ ਆਪਾਂ ਰੋਏ ਆ ਸਾਰੇ ਜਣੇ,
मेरी मम्मी भी रो रहे हैं, अच्छा मासी भी रो रहे हैं, मासी रो रहे हैं इस टाइम। ओ माय गॉड, ओ माय गॉड, मेरी मम्मी ने की जा रही, मेरी मम्मी ने रोना क्या है यार हो रहा है ऐसा ऐसा करके थोड़ी आलाशीज लाइया सी नेचुरली सोनिया लग रही है देखी मैं देखी मम्मी टिश्यू लग रही है पर्स चो टिश्यू लग रहा है बुला मेरा रुमाल भी लाल सी उल्टा सोने लग रहे हैं सलामी दे रहे हो हंसदा फिरे और हंसदा फिरे मन तो दिख नहीं रहे बिलो दीदी और ही मैं तभी एडे लंबे बाल खुले छे ओ माय गॉड ओ शिट मैन डिसगस्टिंग आ दो पेट सॉन्ग्स है आ जा नच नवीए पर जाइए किते नी तेरी मेहंदी लथ दी आपे आवेगी आपे आवेगी नी आपे आईए आपे आवेगी जा खिच के ले आईए जा फिर नचदा फिरे ओ नाले हसदा फिरे मुंडा अपने अपने ब्याह दे विच नचदा फिरे आ दो पेट सॉन्ग है जदी कपल आ गया स्टेज ते इंगेजमेंट ते करया सी इंदर भाजी ने सरप्राइज डांस बिलो दीदी लई रिमेंबर गाना लवाया सीगा फिर सारे जन ने उन्हें कहा सी साइड साइड नो जो हां कपल डांस करना सी ना हां चलो तो पता थोड़े च कीड़ा है जड़े दा आपा सानू नचाऊंगे कैमरा कितने सी कितने यार चिट्टे चोल जिरा दे फंदे की डरी है भी कर रहे अदिति दीदी हूँ आप मोस्ट इमोशनल पार्ट ते ले जान लगे है और असी बहुत रोंदे है ये वीडियो देख के बुब्बा मार मार के है ना मैं ना इन सारे क्या जब मेरी इंगेजमेंट हुई ना जब रोटी खान लगी ना यार इन्हें किसी ने भी नहीं किया दोनों जने एक प्लेट रोटी खा लो है ना मैं अड्ड खा रही थी ये अड्ड खा रही थी चल वैसा कुड़ी दे अंदर वैसे नहीं टेंशन कुछ जानता है ना मैं घर जाके ओ बोले इन सारे मैं कहा यार तुसी किसी ने भी नहीं किया कट्ठे एक प्लेट रोटी दूर है ऐसी देख ला मैं किसी मैंने क्या मैं कहा ब्याह वाले दिन ना इदा करो एक प्लेट लेके दियो सानू ਜਿਹਨੂੰ ਲੈ ਦੀ ਪਲੇਟ ਰੱਖੀ ਹੋਈ ਆ ਬੈਠੇ ਦੋ ਜਿਹੜੇ ਇਕੱਠੇ ਆ ਮੈਂ ਸੋਚ ਰਹੀ ਯਾਰ ਇਕੱਠੇ ਬਿਠਾ ਕੇ ਸਾਨੂੰ ਪਲੇਟਾਂ ਅੱਡ ਅੱਡ ਫੜਾ ਦੀਆਂ ਹੁਣ ਮੈਂ ਤੁਹਾਡੇ ਕਹੂੰਗੀ ਇਕੱਠੇ ਖਲਾਓ ਸਾਨੂੰ ਕੰਚ ਕਹਿ ਦਿੰਦੇ ਮੇਰੇ ਨਹੀਂ ਬਸ ਇੰਨਾ ਡਰੀ ਹੋਈ ਸੀ ਮੈਂ ਆ ਦੇਖੋ ਮਿਲ ਗਈ ਜੀ ਪਲੇਟ ਦੇਖ ਤਾਂ ਸਹੀ ਮੈਨੂੰ इमोशनल कर दें मैं सॉन्ग लगा के ना माय गॉड दीदा रेड रुमाल वाइट हो गया
ਆ ਮਾਮਾ ਹੀ ਆ ਰਿਹਾ ਨਾ ਹਾਂ ਕਿਉਂਕਿ ਮੰਮੀ ਦਾ ਮੈਰਿਜ ਹੋ ਗਈ ਨਾ ਫਿਰ ਹਾਂ ਉਹਦੀ ਗੁੱਡੀਆਂ ਬਟੋਲੇ ਵੀ ਓ ਮਾਈ ਗੋਡ ਯਾਰ ਦਿਖਾਉਂਦੇ ਆ Oh my god! Sanu mamma ne na milne nahi diya. Haan yaar. Nahi ab billo didi mile si fir main mili si. Yaar piche music aaunga ki kariye. Naale gall vi kar rahe hain. मम्मी मम्मी रोना नहीं आया मैं करी जावा मैं रोना आज दिना गुत कर ली सी मैं भी मैनू नहीं लिया कमीनिया ने अच्छा मेरी बारी हैगी है हूं मैं पीछे खड़ी हाँ मैं थोड़ी देर मैके चल लगता इन्हू नुवाना फोन दैट्स इट यार बंदे नूं किन्नी होर ही फीलिंग आती है ना कि घर छड़ के जा रहा बंदा ओह माय गॉड बंद तो करो चलो सत श्री अकाल है जी सारे मैं कहती सी मैं अपने व्याह ते बिल्कुल नहीं रोऊंगी देख लो राट पाए किन्ने हुण मैनू ऐदा लगता कि मैं नहीं रो पाऊंगी क्योंकि तू नहीं रोएंगी पक्का क्योंकि मेरा तो ब्याह हो गया मैं आ गया जब इत्थे आ गए ब्याह ही हो जांदा बंदे दा पर फिर भी यार जदों आपां जान लगदे आ सानू जरूर आंदा रोना क्योंकि तुसी इमोशनल हो जांदे आ ना यार बिलो दे दी डोली टाइम रोए सी यार दिखावा ए भी रोए पता है ए भी रोए ना दीदा मैं कह दीदी बस यार बंदा ने तो ना कंट्रोल नहीं सी हो पा रहा जिदा क्योंकि यार मैं हुंदा सीगा कि दर्द एडजस्ट करूंगी जाके है ना क्योंकि जो थोड़े छोटे भैन भरा होंगे उन्होंने वास्तव ज्यादा वरीड होंगे मैंने यार इन रोटी सब्जी नहीं आती बना जाके सब सीख जाता है बंदा हाए मैं सोच सोच के हो इंदर कहना इंदर कुछ नहीं बट दीदी हूं वधिया बनाते हैं हाँ अपने आप ही सीख जाता है बहुत कुछ खा दिंदा है सही गल है जिदा ए ते बिलो का इशू सीगा कि इन्हां नूं इंटरस्ट नहीं सीगा कुकिंग काकिंग च ना जिदा मैनूं शुरू तो इंटरस्ट सीगा तां मैनूं माड़ा मोटा बेसिक रोटी सब्जी मैं बना लैंदी सी ए दोनों बिल्कुल ही नहीं बट चलो जां सिर ते पैंदी है ना सारा कुछ आ जांदा है हुण आपां रोटी बनाईए रात दी तुहानूं पता है असीं पता नहीं किन्नी वारी व्लॉग अद्धा छड्ड के फिर बनाया अद्धा छड्ड के फिर बनाया अज इन्ना आया गया सी ना घर इन्ना ज्यादा मतलब इंडिया वाली फीलिंग आ गई सही गल है तो पूरा दिन अज कित्थे गया ना पता नहीं चलिया वी होप कि थानू मेरे ब्याह दी वीडियो अच्छी लगी होगी बढ़िया लगी होगी सो मिलते हैं हुन नेक्स्ट व्लॉग्स नेक्स्ट वीक नवी नवी चीजा दे नाल तेनू नाम लेने नु क्या सी ओ यस यस ओके जी हुन असी लैन लगे हैं सब दे नाम जिन्होंने सानू कहा सी कि तुसी साडा नाम जरूर लियो ते कई वारी यार असी
ਕਈ ਵਾਰੀ ਅਸੀਂ ਕਿਸੇ ਦਾ ਲੈਣਾ ਭੁੱਲ ਜਾਂਦੇ ਹਾਂ ਤਾਂ ਸੋਰੀ ਫੋਰ ਦੈਟ, ਅਸੀਂ ਇੰਟੈਂਸ਼ਨਲੀ ਨਹੀਂ ਕਰਦੇ ਹਨਾ, ਕਈ ਵਾਰੀ ਰਹਿ ਜਾਂਦਾ ਗਲਤੀ ਨਾਲ। ਓਕੇ ਜਸਨੀਤ ਜੋ ਬੜੇ ਪਿਆਰੇ ਪਿਆਰੇ ਕਮੈਂਟਸ ਕਰਦੀ ਹੈ ਟਿਕਟੋਕ ਤੇ ਵੀ, ਸਾਨੂੰ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ, ਲਵ ਯੂ ਸੋ ਮੱਚ ਟਰੱਕ ਭਰ ਕੇ। ਓਕੇ ਤੇ ਫਿਰ ਜੀ ਨੈਕਸਟ ਹੈਗੇ ਆ ਇਹ ਨੇ ਜੀ ਸਨੀ। ਸਨੀ ਸਨੀ ਜੀ ਥੈਂਕ ਯੂ ਸੋ ਮੱਚ ਕਿ ਤੁਹਾਨੂੰ ਸਾਡੀ ਆਵਾਜ਼ ਵਧੀਆ ਲੱਗਦੀ ਹੈ, ਥੈਂਕ ਯੂ ਸੋ ਮੱਚ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ। ਰਾਈਟ ਤੇ ਫਿਰ ਹੈਗੇ ਆ ਜੀ ਨੈਕਸਟ ਹੈਗੇ ਆ ਹੈਲੋ ਦੀ ਆਈ ਐਮ ਫਰੋਮ ਇਟਲੀ, ਨੈਕਸਟ ਮੰਡੇ ਮੇਰੀ ਕਿਊਟੀ ਇਨਾਇਆ ਦਾ ਬਰਥਡੇ ਆ, ਵਿਸ਼ ਹਰ, ਤੁਹਾਡੀ ਵੀਡੀਓਜ਼ ਬਹੁਤ ਅੱਛ ਹੁੰਦੀਆਂ। ਥੈਂਕ ਯੂ ਸੋ ਮੱਚ, ਹੈਪੀ ਬਰਥਡੇ ਟੂ ਇਨਾਇਆ, ਲੋਟਸ ਆਫ ਲਵ। ਐਂਡ ਫਿਰ ਹੈਗੇ ਆ ਜੀ ਮਨਦੀਪ ਕੌਰ ਸਹੋਤਾ, ਲਵ ਯੂ ਮਨਦੀਪ, ਮੇਰੀ ਦਿਸ ਮੰਥ 5th ਵੈਡਿੰਗ ਐਨੀਵਰਸਰੀ ਹੈ, ਪਲੀਜ਼ ਮੇਰਾ ਨਾਮ ਲੈ ਲਓ। ਹੈਪੀ ਐਨੀਵਰਸਰੀ ਮਨਦੀਪ ਕੌਰ ਸਹੋਤਾ। ਇਹ ਸਾਨੂੰ ਫੇਸਬੁੱਕ ਤੇ ਮੈਸੇਜ ਆਇਆ ਸੀਗਾ, ਕੀ ਨਾਮ ਘੁੰਮਣ ਪੰਡੇਰ ਪੰਡੇਰ, ਥੈਂਕ ਯੂ ਸੋ ਮੱਚ ਸਾਨੂੰ ਇੰਨਾ ਪਿਆਰ ਦੇਣ ਲਈ। ਤੇ ਨੈਕਸਟ ਐਜ ਇਜ਼ ਸੰਦੀਪ, ਸੰਦੀਪ ਥੈਂਕ ਯੂ ਸੋ ਮੱਚ ਸਾਡੀਆਂ ਵੀਡੀਓਜ਼ ਪਸੰਦ ਕਰਨ ਲਈ। ਮਿਸਟੇਕ ਸਭ ਤੋਂ ਰਹਿ ਗਿਆ ਹੋਇਆ ਨਾ ਪਲੀਜ਼, ਹੈ ਨਾ ਗੁੱਸੇ ਨਾ ਹੋਇਓ, ਗੁੱਸੇ ਨਹੀਂ ਆਉਣਾ, ਹੈ ਨਾ ਗੁੱਸੇ ਗੁੱਸੇ ਨਹੀਂ ਹੋਣਾ, ਹੈ ਨਾ ਅਸੀਂ ਖੁਸ਼ ਖੁਸ਼ ਰਹਿਣਾ। ਸੋ ਜੇ ਕਿਸੇ ਦਾ ਨਾਮ ਰਹਿ ਗਿਆ ਲੈਣੇ ਤੋਂ ਪਲੀਜ਼ ਗੁੱਸੇ ਨਾ ਹੋਇਓ, ਅਸੀਂ ਨੈਕਸਟ ਟਾਈਮ ਲੈ ਲਵਾਂਗੇ। ਯੈਸ ਤੇ ਮਿਲਦੇ ਹਾਂ ਜੀ, ਹੋਪ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਊਗੀ। ਥੈਂਕ ਯੂ ਸੋ ਮੱਚ ਫੋਰ ਆਲ ਯੂਰ ਲਵ ਐਂਡ ਸਪੋਰਟ, ਕੀਪ ਲਵਿੰਗ, ਕੀਪ ਸ਼ੇਅਰਿੰਗ, ਸਾਡਾ ਚੈਨਲ ਸ਼ੇਅਰ ਵੀ ਕਰਦੇ ਕਰੋ ਪਲੀਜ਼। ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ, ਲਵ ਯੂ ਆਲ, ਬਾਏ ਬਾਏ।